ਸਲਾਮ ਅਲੈਕਮ ਜੀ, ਕੀ ਹਾਲ ਹੈ ਭਰਾਵਾ? ਦੋਸਤੋ ਠੀਕ ਜੇ? ਅਤੇ ਫੈਕਟਰੀ ਦੇ ਵਿੱਚ ਅੱਜ ਅਸੀਂ ਆਏ ਹਾਂ ਕਿ ਫੈਕਟਰੀ ਕੰਮ ਕਰਨੇ ਆ, ਅਤੇ ਇਹ ਤੁਹਾਨੂੰ ਵਹਾ ਰਹੇ ਹਾਂ। ਨਵੀਂ ਵਰਕਸ਼ਾਪ ਇੱਕ ਹੋਰ ਬਣਨ ਲੱਗੀ ਹੈ ਅੱਗੇ, ਇਹ ਵੱਡੀ ਬਿਲਡਿੰਗ ਨਾਲ ਤੂੰ ਇਹ ਛੋਟੀ ਇੱਕ ਹੋਰ ਬਣਨ ਲੱਗੀ ਹੈ, ਅਤੇ ਮਿਸਤਰੀ ਹੁਣੇ ਆਉਣ ਦੇ ਕੰਮ ਕਰਨ ਦੇ। ਕੱਲ੍ਹ ਉਹ ਆਏ ਨੇ ਅਤੇ ਉਹਨਾਂ ਨੇ ਟੈਕੇ ਟੂਕੇ ਲਾ ਕੇ ਆਪਦਾ ਇਹਦਾ ਅਲਾਈਨਮੈਂਟ ਜਿਹਨੂੰ ਕਹਿੰਦੇ ਨੇ ਸਿੱਧੇ ਖੇਦੇ ਨੇ, ਰੋੜੀ ਕੁੱਟੀ ਨੇ, ਰੋੜੀ ਕੁੱਟ ਕੇ ਸਾਰੀ ਉਹ ਦਮੂਸਾ ਪਿਆ ਹੈਗਾ, ਅਤੇ ਬਕਾਇਆ ਅਸੀਂ ਇਹ ਚਾਹਵਾਂਗੇ ਕਿ ਜਿਵੇਂ ਜਿਵੇਂ ਬਿਲਡਿੰਗ ਬਣਦੀ ਜਾਵੇ ਤੁਹਾਨੂੰ ਸਾਰੀ ਮੁਕੰਮਲ ਬਿਲਡਿੰਗ ਦੀ ਤੋੜ ਤਿਕਰਾਂ ਦੀ ਵੀਡੀਓ ਅਸੀਂ ਪਹੁੰਚਾਵਾਂਗੇ। ਉਹ ਉੱਪਰਾ ਸਿਰਮਟ ਪਿਆ ਹੈਗਾ ਗੇਟ ਦੇ ਨਾਲ ਹੀ ਉਰਲੀ ਸਾਈਡ 'ਤੇ, ਅਤੇ ਸਾਹਮਣੇ ਦਫ਼ਤਰ ਬਣੇ ਨੇ ਜਿਹੜੇ ਗੇਟ ਦੇ ਨਾਲ ਹੁੰਦੇ ਨੇ, ਅਤੇ ਨਵੀਂ ਬਿਲਡਿੰਗ ਨਾਲ ਤਿਆਰ ਹੋਣ ਲੱਗੀ। ਅਤੇ ਇਹਦੇ ਵਿੱਚ ਜਨਰੇਟਰ ਪਿਆ ਹੈਗਾ, ਬੱਤੀ ਜੇਸਲ ਚੱਲੀ ਹੈ ਫਿਰ ਜਨਰੇਟਰ ਚਲਾਉਂਦੇ ਨੇ। ਅਤੇ ਜਿਵੇਂ ਜਿਵੇਂ ਬਿਲਡਿੰਗ ਬਣਦੀ ਹੈ ਕਿ ਅਸੀਂ ਤੁਹਾਨੂੰ ਮੁਕੰਮਲ ਬਿਲਡਿੰਗ ਦੀ ਵੀਡੀਓ ਵਿਖਾਵਾਂਗੇ। ਤੋ ਗਾਇਜ਼, ਅੱਜ ਹੁਣ ਜਿਹੜੀਆਂ ਹੈਗਾ ਵੀਡੀਓ ਬਣ ਗਈਆਂ, ਹੁਣ ਅੱਜ ਤੋਂ ਬਾਅਦ ਜਿਹੜੀ ਵੀਡੀਓ ਜਿੰਨੀ ਵੀ ਬਣੇਗੀ ਨਾ ਪੰਜਾਬੀ ਬਣੇਗੀ, ਠੀਕ ਹੈ ਗਾਈਜ਼? ਤਾਂ ਅਗਰ ਮਾਰੀ ਵੀਡੀਓ ਆਪਕੋ ਅੱਛੀ ਲੱਗੇ ਤਾਂ ਸ਼ੇਅਰ, ਕਮੈਂਟ, ਚੈਨਲ ਸਬਸਕ੍ਰਾਈਬ ਕਰਨਾ। ਮਾਰੇ ਚੈਨਲ ਦਾ ਨਾਮ ਹੈ ਆਲਰਾਊਂਡਰ ਦੇਸੀ ਵਲੌਗਸ, ਠੀਕ ਹੈ? ਅਤੇ ਵਲੌਗਸ ਨਾਲ ਜੁੜੇ ਰਿਹਾ ਹੀ ਹੈ, ਤੁਹਾਨੂੰ ਵਲੌਗਸ ਦੀ ਹਰ ਵੀਡੀਓ ਮਿਲਦੀ ਰਹੇਗੀ। ਅਗਰ ਨਵਾਂ ਹੀ ਹੈ ਸਾਡਾ ਚੈਨਲ ਤਾਂ ਚੈਨਲ ਸਬਸਕ੍ਰਾਈਬ ਕਰਨਾ, ਵੀਡੀਓ ਐਂਡ ਤਗੜਾ ਵੇਖਿਆ ਜੀ ਤੁਹਾਨੂੰ ਪੂਰੀ ਚਸ ਕਰਾਏਗੀ ਵੀਡੀਓ। ਅਤੇ ਮੁਕੰਮਲ ਜਿਵੇਂ ਜਿਵੇਂ ਅਸੀਂ ਬਿਲਡਿੰਗ ਤਿਆਰ ਹੁੰਦੀ ਹੈਗੀ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ, ਠੀਕ ਹੈ ਗਾਈਜ਼? ਓਕੇ, ਅੱਲਾ ਹਾਫਿਜ਼।